ਛੇ ਮਹੀਨੇ ਲੰਘ ਜਾਣ ਫਿਰ ਹੱਠ ਨਹੀਂ ਕਰਨਾ ਪੈਂਦਾ, ਫਿਰ ਚਾਅ ਪੈਦਾ ਹੋ ਜਾਂਦਾ ਵੀ ਬਹਿਣਾ ਹੀ ਬਹਿਣਾ, ਜ਼ਰੂਰ ਬਹਿਣਾ, ਫਿਰ ਮਨ ਕਰਨ ਲੱਗ ਪੈਂਦਾ। ਜਿੱਦਣ ਸਿਮਰਨ ਨਾ ਹੋਏਗਾ ਉਦਣ ਇਹ ਹੋਣ ਲੱਗ ਪੈਂਦਾ ਵੀ ਅੱਜ ਰੋਟੀ ਚੰਗੀ ਨਹੀਂ ਲੱਗਦੀ। ਏਦਾਂ ਦੇ ਗੁਰਸਿੱਖ ਵੀ ਵੇਖੇ ਆ ਜੇ 3 ਵਜੇ ਤੋਂ ਲੇਟ ਹੋ ਜਾਣ ਸਾਰਾ ਦਿਨ ਰੋਟੀ ਨਹੀਂ ਖਾਂਦੇ, ਪ੍ਰਸ਼ਾਦਾ ਹੀ ਨਹੀਂ ਛਕਦੇ, ਭੁੱਖੇ ਰਹਿਣਾ ਪੈ ਰਹਿਣਗੇ, ਕਹਿਣਗੇ ਉੱਠਿਆ ਨਹੀਂ ਸਹਿਣਾ ਅੱਜ ਤੈਨੂੰ ਭੁੱਖਿਆ ਹੀ ਰੱਖਣਾ। ਅਗਲੇ ਦਿਨ ਫਿਰ ਆਪੇ ਜਾਗ ਆਉਂਦੀ ਵੀ ਜੇ ਨਾ ਉੱਠੇ ਤੇ ਫਿਰ ਰੋਟੀ ਨਹੀਂ ਖਾਣੀ ਸਾਰਾ ਦਿਨ। ਨਿਯਮ ਨੇ ਏਦਾਂ ਦੇ ਵੀ ਪ੍ਰਸ਼ਾਦਾ ਹੀ ਨਹੀਂ ਛਕਣਾ, ਇਸ ਸਰੀਰ ਨੂੰ ਰੋਟੀ ਦੇਣੀ ਹੀ ਨਹੀਂ, ਪਾਣੀ ਦੇਣਾ ਹੀ ਨਹੀਂ, ਰੋਟੀ ਦੇਣੀ ਨਹੀਂ, ਇਹ ਅੱਜ ਉੱਠਿਆ ਹੀ ਨਹੀਂ। ਅਗਲੇ ਦਿਨ ਫਿਰ ਕਹਿੰਦੇ ਆਪੇ ਜਾਗ ਆ ਜਾਂਦੀ। ਇਹ ਮੈਂ ਇੰਗਲੈਂਡ ਸੁਣਿਆ ਖੰਡ ਕੀਰਤਨੀ ਜਥੇ ਦੇ ਕੁਝ ਸਿੰਘਾਂ ਤੋਂ, ਉਹਨਾਂ ਨੇ ਦੱਸਿਆ ਮੈਨੂੰ, ਕਹਿੰਦੇ ਜੀ ਨਿਯਮ ਬਣੇ ਹੋਏ ਨੇ ਇੱਦਾਂ ਦੇ, ਰੋਟੀ ਕੋਈ ਨਾ ਖਾਓ ਜੇ 10 ਮਿੰਟ ਲੇਟ ਹੋ ਜਾਓ, ਇੱਦਾਂ ਆਪਣੇ ਆਪ ਨੂੰ ਜੋੜਨ ਲਈ। ਤੇ ਜੋੜਨ ਵਾਲੇ ਜਿਹੜੇ ਜੁੜਨਾ ਚਾਹੁੰਦੇ ਨੇ ਤੇ ਲੱਭਦੇ ਫਿਰਦੇ ਨੇ, ਕੋਈ ਮਾੜਾ ਜਿਹਾ ਬਚਨ ਵੀ ਸਾਨੂੰ ਇੱਦਾਂ ਦਾ ਮਿਲੇ ਅਸੀਂ ਅੱਗੇ ਵਧੀਏ, ਤਰੱਕੀ ਕਰੀਏ। ਬਸ ਸਾਡੇ ਕੋਲ ਕੀ ਹੈ ਜੀ, ਸਾਡਾ ਢਿੱਡ ਦੁਖਦਾ ਜੀ, ਸਾਡੀਆਂ ਲੱਤਾਂ ਦੁਖਦੀਆਂ ਜੀ, ਸਾਡੇ ਗੋਡੇ ਦੁਖਦੇ। ਕੱਲ ਮੈਨੂੰ ਫੋਨ ਆਇਆ ਕਹਿੰਦੇ ਬਾਬਾ ਜੀ, ਮੈਂ ਕਿਹਾ ਹਾਂਜੀ, ਗੱਲ ਪੁੱਛਣੀ ਸੀ ਮੈਂ ਕੀ, ਮੇਰੇ ਨਾ ਸਿਰ 'ਚ ਕਾਂ ਠੂੰਗੇ ਮਾਰਦਾ ਬੜੇ, ਕੀ ਕਰਾਂ? ਲੈ ਦੱਸੋ। ਆਖੇ ਮੇਰੇ ਸਿਰ 'ਚ ਕਾਂ ਠੂੰਗੇ ਮਾਰਦਾ, ਬਾਬਾ ਜੀ ਮੈਨੂੰ ਦਮਾਲਾ ਨਹੀਂ ਸਜਾਉਣਾ ਆਉਂਦਾ, ਕਿਵੇਂ ਸਜਾਵਾਂ? ਇੱਦਾਂ ਦੀਆਂ ਗੱਲਾਂ, ਚਲੋ ਦਮਾਲੇ ਵਾਲੀ ਗੱਲ ਤੇ ਫਿਰ ਵੀ ਮੰਨੀ ਜਾ ਸਕਦੀ ਹੈ ਵੀ ਚਲੋ ਇਹ ਤੇ ਫੋਨ ਕਰਕੇ ਪੁੱਛ ਲਓ, ਲੈ ਕਾਂ ਠੂੰਗੇ ਮਾਰਦਾ ਇਹ ਵੀ ਦੱਸੋ। ਤੇ ਵੇਖੋ ਇੱਦਾਂ ਦੀਆਂ ਗੱਲਾਂ ਲੋਕ ਪੁੱਛਦੇ ਨੇ, ਬੜੇ ਲੋਕ ਨੇ। ਕੋਈ ਹੁਣ ਦੀਵਾਨ ਲੈਣ ਆਉਣੇ ਆਉਂਦੇ ਆ ਕਈ, ਤੇ ਫਿਰ ਮਿਲਣਾ ਤੇ ਪੈਂਦਾ ਹੀ ਹੈ ਨਾ ਸਾਰਿਆਂ ਨੇ, ਬਸ ਆਹ ਨਿੱਕੀਆਂ ਨਿੱਕੀਆਂ ਸਾਡੀਆਂ ਮੁਸ਼ਕਿਲਾਂ। ਪਰ ਜਿਹੜੀ ਗੱਲ ਅਸੀਂ, ਸਾਡਾ ਫਰਜ਼ ਬਣਦਾ ਅਸੀਂ ਰਲ ਮਿਲ ਕੇ ਵਿਚਾਰੀਏ, ਉਹ ਨਹੀਂ ਅਸੀਂ ਸੋਚਦੇ ਸਮਝਦੇ, ਉਹ ਵੇਖਣਾ ਚਾਹੀਦਾ। ਮੈਂ ਮਹਾਂਪੁਰਖਾਂ ਕੋਲ ਵੇਖਿਆ ਸੀ ਤੇ ਚਲੋ ਨਿਆਣੇ ਸਾਂ, ਸਾਨੂੰ ਤੇ ਪਤਾ ਹੀ ਨਹੀਂ ਸੀ ਉਦੋਂ ਵੀ ਇਹ ਪੁੱਛੀਦਾ ਵੀ ਹੁੰਦਾ ਹੈ। ਇੱਕ ਪ੍ਰੇਮੀ ਨੇ ਪੁੱਛਿਆ, ਕਹਿੰਦਾ ਬਾਬਾ ਜੀ ਭਜਨ ਕਿਵੇਂ ਕਰਨਾ ਹੈ? 32 ਜੁਗਤੀਆਂ ਦੱਸੀਆਂ ਉਹਨੂੰ, 32 ਆਸਣ ਦੱਸੇ। ਪਟਿਆਲੇ ਦਾ ਸਿੰਘ ਹੈ, 32 ਤਰੀਕੇ ਦੱਸੇ, ਕਹਿੰਦੇ ਏਦਾਂ ਬੈਠਿਆ ਕਰ, ਏਦਾਂ ਨਹੀਂ ਤੇ ਏਦਾਂ ਬੈਠਿਆ ਕਰ, ਏਦਾਂ ਨਹੀਂ ਤੇ ਏਦਾਂ ਬੈਠਿਆ ਕਰ, 32 ਤਰੀਕੇ ਦੱਸੇ। ਏਦਾਂ ਭਜਨ ਕਰਨ ਵਾਲਿਆਂ ਨੂੰ ਚਾਹ ਚੜ ਜਾਂਦਾ ਸੀ ਜੇ ਕੋਈ ਕਹਿੰਦਾ ਸੀ ਦੱਸੋ ਜੀ ਕਿਵੇਂ ਕਰਾਂ ਭਜਨ, ਖੁਸ਼ ਹੋ ਜਾਂਦੇ ਸੀ ਵੀ ਇਹ ਸਿਮਰਨ ਦੀ ਜੁਗਤੀ ਪੁੱਛਦਾ, ਭਜਨ ਦੀ ਗੱਲ ਕਰਦਾ, ਬੰਦਗੀ ਦੀ ਗੱਲ ਕਰਦਾ, ਇਹਦੇ ਵਿੱਚ ਖੁਸ਼ੀ ਹੈ ਗੁਰਮੁਖੋ। ਇਸ ਕਰਕੇ ਸਿਮਰਨ ਕਰਨ ਵਾਲੇ, ਭਜਨ ਕਰਨ ਵਾਲੇ, ਉਹ ਉਹਨਾਂ ਦੀ ਤੇ ਗੱਲ ਹੀ ਵੱਖਰੀ। ਸੋ ਪਹਿਲਾਂ ਜੁੜਿਆ ਜਾਂਦਾ ਬਾਣੀ ਨਾਲ, ਬਾਣੀ ਪੜ੍ਹੀਏ ਮਨ ਵਿਰਾਗੀ ਕਰੇਗੀ, ਵਿਰਾਗੀ ਮਨ ਹੀ ਨਾਮ ਜਪੇਗਾ। ਭੁੱਖ ਲੱਗੀ ਬਿਨਾਂ ਭੋਜਨ ਸਵਾਦ ਨਹੀਂ ਲੱਗਣਾ, ਵਿਰਾਗ ਬਿਨਾਂ ਭਜਨ ਸਵਾਦ ਨਹੀਂ ਲੱਗਣਾ, ਵਿਰਾਗੀ ਉਹੀ ਨਾਮ ਜਪਦੇ ਨੇ ਅਸਲ ਵਿੱਚ। ਕਿਉਂਕਿ ਬਾਣੀ ਨੇ ਜਦੋਂ ਮਾਰਨੀਆਂ ਨੇ, ਬਾਣ ਮਾਰਨੇ ਨੇ ਨਾ ਬਾਣੀ ਨੇ, ਫਿਰ ਟੁੱਟ ਜਾਂਦਾ ਮਨ, ਸੰਸਾਰ 'ਚ ਕੱਖ ਨਹੀਂ, ਫਿਰ ਮਨ ਜੁੜਦਾ ਭਜਨ ਵਿੱਚ, ਫਿਰ ਮਨ ਨਾਮ ਵਿੱਚ ਜੁੜਦਾ, ਫਿਰ ਗੱਲ ਬਣਦੀ ਅਸਲ ਵਿੱਚ। ਸੋ ਮੈਂ ਅਰਜ ਕਰਨ ਲੱਗਾ ਸਾਂ ਕਿ ਸ਼ੁਬੇਗ ਸਿੰਘ, ਝੱਬਰ ਪਿੰਡ ਸੀ ਇਹਦਾ, ਝੰਬਰ, ਤੇ ਇਹ ਲਾਹੌਰ ਦੇ ਇਲਾਕੇ ਵਿੱਚ ਸੀ ਸ਼ੁਬੇਗ ਸਿੰਘ। ਇਹਨਾਂ ਦਾ ਜਿਹੜਾ ਸਾਰਾ ਪਰਿਵਾਰ ਸੀ, ਇਹ ਠੇਕੇਦਾਰੀ ਦਾ ਕੰਮ ਕਰਦੇ ਸੀ ਤੇ ਸਰਕਾਰੀ ਠੇਕੇ ਲੈਣੇ, ਕੰਮ ਕਾਰ ਚੰਗਾ ਸੀ, ਬਿਜ਼ਨਸ ਚੰਗਾ ਸੀ।
ਦਦਕੇ ਸਾਰੇ ਦਾਦਾ ਵੀ ਪੜਦਾਦਾ ਵੀ ਇਹ ਸਾਰੇ ਸਰਕਾਰੀ ਠੇਕੇ ਲੈਂਦੇ ਸੀ। ਕੰਮ ਬੜਾ ਸੋਹਣਾ ਸੀ ਤੇ ਨਾਲ ਨਾਲ ਪਾਠ ਭਜਨ ਵੀ ਕਰਦੇ ਨੇ, ਜੁੜੇ ਹੋਏ ਵੀ ਨੇ। ਸ਼ਵੇਗ ਸਿੰਘ ਨੇ ਕਲਗੀਆਂ ਵਾਲੇ ਦੇ ਦਰਸ਼ਨ ਕੀਤੇ ਸਨ, ਸ਼ਵੇਗ ਸਿੰਘ ਨੇ ਦੀਦਾਰ ਕੀਤੇ ਸਨ ਤੇ ਕਲਗੀਧਰ ਪਿਤਾ ਜੀ ਤੋਂ ਅੰਮ੍ਰਿਤ ਦੀ ਦਾਤ ਵੀ ਇਹਨੇ ਪ੍ਰਾਪਤ ਕੀਤੀ ਸੀ। ਮੈਰਜ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਦਾ, ਕਹਿੰਦਾ ਜਦੋਂ ਕਲਗੀਆਂ ਵਾਲੇ ਦੇ ਚਰਨਾਂ ਤੇ ਸਿਰ ਰੱਖਦੇ ਸਾਂ ਤੇ ਸਰੀਰ ਵਿੱਚ ਚਰਨਾਹਟ ਛਿੜ ਜਾਂਦੀ ਸੀ, ਸਿਮਰਨ ਚੱਲ ਪੈਂਦਾ ਸੀ। ਚੱਲੇ ਕਿਉਂ ਨਾ, ਆਵੇ ਸਾਹਿਬ ਚਿਤ, ਉਹਤੇ ਆਪ ਹੀ ਸਾਹਿਬ ਸੀ ਪਰ ਉਹਦੇ ਪਿਆਰ ਵਾਲੇ ਜੇ ਦਿਸ ਪੈਣ ਮਲਾਪ ਹੋ ਜਾਏ। ਆਵੇ ਜੀ ਸਾਹਿਬ ਚਿਤ, ਤੇਰਿਆ ਭਗਤਾਂ ਡਿਠਿਆ। ਆਵੇ ਸਾਹਿਬ ਚਿਤ, ਆਵੇ ਸਾਹਿਬ ਚਿਤ, ਤੇਰਿਆ ਭਗਤਾਂ ਡਿਠਿਆ। 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 ਆਵੇ ਜੀ ਸਾਹਿਬ ਚਿਤ, ਤੇਰਿਆ ਭਗਤਾਂ ਡਿਠਿਆ। ਆਵੇ ਸਾਹਿਬ ਚਿਤ, ਤੇਰਿਆ ਭਗਤਾਂ ਡਿਠਿਆ। ਸਾਹਿਬ ਚਿਤ, ਤੇਰਿਆ ਭਗਤਾਂ,
ਕਹਿੰਦੇ ਦੀਦਾਰ ਹੁੰਦੇ ਸਨ ਤੇ ਚਰਨਾਹਟ ਛਿੜ ਜਾਂਦੀ ਸੀ, ਸਿਮਰਨ ਚੱਲ ਪੈਂਦਾ ਸੀ ਆਪਣੇ ਆਪ। ਗੁਰਮੁਖੋ ਐਸੀ ਗੁਰੂ ਸਾਹਿਬ ਜੀ ਦੀ ਕਿਰਪਾ ਸੀ। ਛਵੇਕ ਸਿੰਘ ਨੇ ਦੀਦਾਰ ਕੀਤੇ ਹੋਏ ਸਨ ਮਹਾਰਾਜ ਦੇ, ਪੂਰਾ ਜੁੜਿਆ ਹੋਇਆ ਸੀ। ਸਰਕਾਰੀ ਠੇਕੇ ਲੈਣੇ, ਠੇਕੇਦਾਰੀ ਦਾ ਕੰਮ ਕਰਨਾ, ਖਾਨ ਬਹਾਦਰ ਜ਼ਕਰੀਆ ਖਾਨ ਨੇ ਇਹਨੂੰ ਕੋਤਵਾਲ ਬਣਾਇਆ ਸੀ। ਜਦੋਂ ਇਹਨੂੰ ਕੋਤਵਾਲੀ ਮਿਲੀ, ਇਹਨੇ ਲਾਹੌਰ ਵਿੱਚ ਗੁਰੂ ਸਾਹਿਬ ਜੀ ਦੇ ਅਸਥਾਨ ਵੀ ਬਣਾਏ। ਇਹਦਾ ਪੁੱਤਰ ਸੀ ਸ਼ਹਿਬਾਜ ਸਿੰਘ, 18 ਸਾਲਾਂ ਦਾ ਨੌਜਵਾਨ, ਬਹੁਤ ਚੜ੍ਹਦੀ ਕਲਾ ਵਾਲਾ ਗੁਰਸਿੱਖ ਰੰਗਿਆ ਹੋਇਆ। ਪਿਓ ਦੀ ਸੰਗਤ ਕੀਤੀ, ਪਰਿਵਾਰ ਦੀ ਸੰਗਤ ਦੀ ਰੰਗਤ ਚੜ੍ਹ ਗਈ। ਜਿਵੇਂ ਪਰਿਵਾਰ ਜੁੜਿਆ ਹੋਇਆ ਸੀ, ਉਹ ਬੱਚਾ ਵੀ ਜੁੜ ਗਿਆ। ਹੁਣ ਬਹੁਤ ਹੋਣਹਾਰ ਹੈ, ਬੜੀ ਲਿਆਕਤ ਹੈ ਬੋਲਣ ਵਿੱਚ, ਬੜਾ ਸਮਝਦਾਰ ਹੈ। ਉੱਥੋਂ ਦਾ ਕਾਜੀ ਲਾਹੌਰ ਦਾ, ਉਹਦੀ ਨਜ਼ਰ ਪੈ ਗਿਆ ਸ਼ਹਿਬਾਜ ਸਿੰਘ। ਸੋਚਦਾ ਮੇਰੇ ਕੋਲ ਪੜ੍ਹਨ ਆਉਂਦਾ ਹੈ, ਉਹ ਹੁਣ ਫਾਰਸੀ ਪੜ੍ਹਾਉਂਦਾ ਹੈ,